ਸ੍ਰੀ ਅਕਾਲ ਜੀ ਮੇਰੇ ਵੀਰੋ, ਮੈਂ ਤੁਹਾਡਾ ਆਪਣਾ ਨਾਗੀ 307। ਕੀ ਹਾਲ ਚਾਲ, ਸਾਰੇ ਠੀਕ ਠਾਕ ਹੋ? ਅੱਜ ਅਸੀਂ ਚੱਲੇ ਹਾਂ ਬਟਾਲੇ ਤੋਂ ਅੰਮ੍ਰਿਤਸਰ ਪੈਦਲ ਯਾਤਰਾ ਦੂਜੀ ਵਾਰ। ਇਹ ਸਰ ਮੇਰੇ ਨਾਲ ਚੱਲਾ ਭੋਲਾ, ਆਹ ਕੁਛ ਯਾਰ ਦੋਸਤ। ਅਸੀਂ ਚੱਲੇ ਹਾਂ ਸ਼ਹੀਦਾਂ ਸਾਹਿਬ। ਆਪਾਂ ਅੱਜ ਸ਼ਾਮਾਂ ਦਾ ਉਹਦਾ ਆਪਾਂ ਬੱਸੀ ਜਾਈਦਾ ਵਾ, ਪਰ ਅੱਜ ਉਹ ਵੀਰ ਕਹਿੰਦਾ ਸੀ ਪਿੱਛੇ, ਕਹਿੰਦਾ ਵੀ ਅੱਜ ਤੁਰ ਕੇ ਜਾਂਦੇ ਹਾਂ, ਕਿਉਂਕਿ ਮੈਂ ਤੇ ਅਖਿਲ ਗਏ ਉਦਣ ਤੁਰ ਕੇ, ਅਤੇ ਕਹਿੰਦਾ ਮੈਨੂੰ ਵੀ ਬੜਾ ਵਧੀਆ ਲੱਗਾ ਵੀ ਚਲੋ ਤੁਰ ਕੇ ਚੱਲੀਏ। ਅਸੀਂ ਨਿਕਲੇ ਹਾਂ ਕੁਛ 8 ਵਜੇ ਘਰੋਂ, ਅਸੀਂ ਘਰ ਤੋਂ ਕੁਛ 2 ਕਿਲੋਮੀਟਰ ਅੱਗੇ ਆ ਗਏ ਹਾਂ, ਪਰ ਅੱਜ ਰਾਤੀ ਜਾਣ ਦੇ ਰਾਤ ਆਪਾਂ ਇਸ ਕਰਕੇ ਚੁਣੀ ਹਾਂ ਕਿਉਂਕਿ ਮੌਸਮ ਠੰਡਾ ਹੁੰਦਾ ਵਾ, ਦੁਪਹਿਰਾਂ ਨੂੰ ਗਰਮੀ ਬੜੀ ਹੁੰਦੀ ਅਤੇ ਗਰਮੀ ਕਰਕੇ ਨਹੀਂ ਤੁਰਿਆ ਜਾਂਦਾ, ਬੰਦਾ ਜ਼ਿਆਦਾ ਥੱਕ ਜਾਂਦਾ ਵਾ। ਵੀਰ ਸਾਡੇ ਨਾਲ ਚੱਲਿਆ ਤੁਰ ਕੇ, ਕਿੱਦਾਂ ਦਾ ਲੱਗ ਰਿਹਾ ਤੁਰ ਕੇ? ਫਿਰ ਹਜੇ ਮੇਰੇ ਹਿਸਾਬ ਨਾਲ ਵਾ 2-4 ਕਿਲੋਮੀਟਰ ਆਏ ਹਾਂ। ਆਹ ਵੀਰ ਦਾ ਹਾਲ ਵੇਖ ਲਓ ਤੁਸੀਂ, ਮਤਲਬ ਤੁਰਿਆ ਨਹੀਂ ਜਾਣ, ਓਕੇ ਰਿਪੋਰਟ ਤਾਂ ਨਹੀਂ ਆ ਗਈ, ਓਕੇ ਰਿਪੋਰਟ ਆ। ਆਹ ਵੀਰ ਆਪਣਾ ਖਾਸ ਆ ਵੀ ਭਰਾ ਵਾ, ਇਹਨੇ ਕਿਹਾ ਸੀ ਤੁਰ ਕੇ ਜਾਣਾ ਵਾ ਕਿਉਂਕਿ ਅਸੀਂ ਪਿਛਲੀ ਵਾਰੀ ਤੁਰ ਕੇ ਗਏ ਸੀ, ਤੇ ਇਹਨੂੰ ਮਤਲਬ ਵਧੀਆ ਲੱਗਾ ਵੀ ਤੁਰ ਕੇ, ਕਹਿੰਦਾ ਇਹ ਬੰਦਾ ਬੜਾ ਭਗਤ ਪਾਈ ਪਿਆ ਹੈ ਨਾ, ਅਤੇ ਇਹ ਕਹਿੰਦਾ ਵੀ ਤੁਰ ਕੇ ਜਾਣਾ, ਤਾਂ ਮੈਂ ਚਲੋ ਜਾਣ ਚੱਲ ਜਾਂਦੇ ਹਾਂ। ਸਾਰੇ ਮੇਰੇ ਕਰਕੇ ਜਾ ਰਹੇ ਨੇ, ਸਾਰੇ ਇਹਦੇ ਕਰਕੇ ਜਾ ਰਹੇ ਆ, ਇਹਨੂੰ ਥੈਂਕਸ ਬੋਲੋ, ਥੈਂਕਸ ਕਹਦਾ ਵੇ। ਆਪਾਂ ਜਾਣ ਡੇ, ਆਪਾਂ ਕਿੱਥੇ ਪਹੁੰਚ ਰਹੇ ਬੋਲੇ? ਝੰਡੇ ਪਹੁੰਚ ਰਹੇ, ਝੰਡੇ ਝੰਡੇ ਪਹੁੰਚ ਗਏ ਆਪਾਂ, ਅਤੇ ਹਜੇ ਤੱਕ ਤਾਂ ਬੜਾ ਮਜ਼ਾ ਆ ਰਿਹਾ ਵਾ। ਨਹੀਂ ਨਹੀਂ ਇੱਧਰ ਆ, ਮੈਂ ਹਜੇ ਤੱਕ ਤਾਂ ਬੜਾ ਮਜ਼ਾ ਆਉਣ ਡਿਆ ਵਾ, ਪਤਾ ਇਹਨਾਂ ਨੇ ਲੱਗਣਾ ਵਾ ਜਦੋਂ ਟੋਲ ਪਲਾਜ਼ਾ ਲੰਘੇ, ਟੋਲ ਪਲਾਜ਼ਾ ਲੱਗ ਵੀ ਇਹਨੇ ਕਦੋਂ ਨੀ ਪਹੁੰਚਣਾ ਲੈਣਾ ਟੋਲ ਪਲਾਜ਼ਾ ਤੱਕ ਪਹੁੰਚ ਕੇ ਦਿਖਾਵਾਂਗੇ। ਹੁਣ ਆਪਾਂ ਇਹ ਤੁਹਾਡੇ ਚੈਲੰਜ ਵੀ ਲੱਗਾ ਵਾ, ਚੈਲੰਜ ਇਹ ਆ ਵੀ ਸ਼ਹੀਦਾਂ ਸਾਹਿਬ ਤੱਕ ਕੌਣ ਆਪਣੇ ਪੈਰਾਂ ਤੇ ਸਹੀ ਤਰ੍ਹਾਂ ਜਾਊਗਾ, ਨਾ ਕਿਸੇ ਨੇ ਲੰਗੜਾਉਣਾ ਤੇ ਨਾ ਕਿਸੇ ਨੇ ਰੋਣਾ। ਹੁਣ ਇਹ ਹੈ ਸ਼ਰਤ, ਜੇ ਕੋਈ ਜੇ ਕੋਈ ਸ਼ਰਤ ਜੇ ਪੈਸਾ ਪੂਸਾ ਲਾਉਣਾ ਤਾਂ ਲਾ ਸਕਦੇ, ਕਿਉਂਕਿ ਇਹ ਸ਼ਰਤ ਜੇ ਹਰ ਵਾਰੀ ਹਾਰ ਆ ਮੇਰੇ ਕੋਲ, ਇਹਨੂੰ ਬੜਾ ਠੱਗਿਆ ਸ਼ਰਤ ਜੇ। ਆ ਵੀ ਡੰਡ ਮਾਰੇ ਜੇ ਹਾਰੇ ਆ, ਮੈਨੂੰ ਕਹਿੰਦਾ ਵੀ 100 ਡੰਡ ਮਾਰ, 50 ਡੰਡ ਨੀ 50 ਡੰਡ ਮਾਰੇ, ਕਹਿੰਦਾ ਤੈਨੂੰ 50 ਰੁਪਏ ਦਊਂਗਾ। ਅਸੀਂ ਫਿਰ ਮਾਰ ਲਏ 50 ਡੰਡ, ਤੇ ਮੁੜ ਕੇ ਇਹਦਾ ਮੂੰਹ ਵੇਖਣ ਵਾਲਾ ਸਾਬੀ, ਮੈਂ ਕਿਹਾ ਮੁੜ ਕੇ ਇਹਦਾ ਮੂੰਹ ਵੇਖਣ ਵਾਲਾ ਸੀ, ਮੁੜ ਕੇ ਰੋਂਦਾ 50 ਰੁਪਏ ਦੀ ਸ਼ੁਰੂਆਤ ਹੋਈ, ਫੇਰ ਪਤਾ ਨੀ ਕਿੰਨੇ ਕੁ ਆਏ, ਫੇਰ ਪਤਾ ਨੀ ਕਿੰਨੇ ਕੁ ਆਏ, ਮੇਰਾ ਅਕਾਊਂਟ ਖਾਲੀ ਕਰਤਾ ਇਹਨਾਂ ਨੇ, ਫੇਰ ਇਹਦਾ ਖਾਤਾ ਖਾਲੀ ਕੀਤਾ 800 300 2500। ਉਹ ਤਾਂ ਮੜਾਈ ਤੂੰ ਸ਼ਰਤ ਨਾ ਹਾਰਦੇ, ਉਹ ਹਾਂ ਉਹ ਤਾਂ ਨਾ ਦੇਣੀ ਕਲਾਣਾ ਇਹਦੇ ਤੇ, ਉਦੋਂ ਅੰਕਿਤ ਨਾ ਅਵੇ ਅੰਕਿਤ ਹੈ ਹੀ ਕਲਾਣਾ, ਅੰਕਿਤ ਸੋਨਾ ਅੰਕਿਤ ਸੋਨਾ ਤੋ ਹੈ ਕਲਾਣਾ ਹੀ, ਅੰਕਿਤ ਤੇਰੀ ਉਹ ਗੁੜੀਆ ਡੇਲ ਵੇਖੀ ਹੈ, ਕੁੜੀਆਂ ਸਾਡੇ ਵੱਲ ਵੇਖ ਲਈਆਂ ਵਾ, ਤੇ ਬੰਦੇ ਫੇਮਸ ਮੁੰਡੇ ਜਾਣਦੇ ਆ, ਵੀਰ ਰਾਮਗੜੀ ਆ ਜਾਣਦੇ ਆ, ਵੀਰ ਰਾਮਗੜੀ ਵੀਰ ਨੇ ਤੇ ਨਾ ਰਾਮਗੜੀ ਤੇ ਜਾਣਦੇ ਆ, ਉਹਨਾਂ ਨੇ ਹੁਣੇ ਸਾਡੇ ਮਗਰ ਆ ਜਾਣਾ ਸਰ ਇੱਕ ਫੋਟੋ, ਇੰਨੇ ਬੜੀ ਭਾਈ ਸਹੀ ਫੇਮਸ ਹੋਇਆ ਨੇ ਜਾਣਾ ਬਸ ਪੁੱਲ ਨੂੰ, ਅਸੀਂ ਪੁੱਲ ਤੇ ਉਹ ਥੱਲੇ ਹੀ ਇਸ ਕਰਕੇ ਉਹਨਾਂ ਕੋਲ ਆਇਆ ਨਹੀਂ ਗਿਆ, ਆਜ ਉਹਨਾਂ ਨੇ ਜਾਣਾ ਸੀ, ਤੇਲ ਪਵਾਲੀਏ ਜਾਣ ਆਪਾਂ ਤੁਰ ਕੇ ਡੇ, ਹੁਣ ਬੰਦਾ ਇਹਨੂੰ ਪੁੱਛੇ ਵੀ ਤੇਲ ਪਾਉਣਾ ਕਿੱਥੇ, ਜੇ ਕਹਿੰਦਾ ਮੇਰੀ ਕਪੈਸਿਟੀ ਵੀ ਬੜੀ ਆ, ਹੁਣ ਦੱਸ ਸਾਬੀ ਪਾਉਣਾ ਕਿੱਥੇ ਤੇਲ, ਗੁਰੂ ਘਰ ਯਾਰ ਗੁਰੂ ਘਰ ਮੰਨਿਆ ਗੁਰੂ ਘਰ ਥੋੜਾ, ਕੀ ਕਹਿੰਦੇ ਤੇਰੇ ਘਰ ਦੇ, ਤੇਰੇ ਘਰ ਦੇ ਇਹ ਵੀਰ ਦੇ ਘਰੋਂ ਫੋਨ ਆ ਗਿਆ ਵਾ, ਕਹਿੰਦੇ ਇੱਦਾਂ ਤੁਰ ਕੇ ਰਹੇ ਤਾਂ ਬਸੀ ਰਹੇ, ਜਿਹਦੇ ਜਦੋਂ ਆਪਾਂ ਅੱਧਾ ਪਹੁੰਚਣਾ ਉੱਥੇ ਬੱਸਾਂ ਬੰਦ ਹੋ ਗਈਆਂ, ਕਦੀ ਭੋਲੇ ਤੇਲ ਵਾਲੀਆਂ ਗੱਲਾਂ ਕਰਦਾ ਵਾ, ਕਦੀ ਪਹੁੰਚ ਗਏ ਵੀਰ ਜੀ, ਵੀਰ ਜੀ ਤੁਹਾਡੀ ਗੱਲਾਂ ਤੁਹਾਡੀਆਂ ਨੇ ਰਿਕਾਰਡ ਹੋ ਚੁੱਕੀਆਂ ਨੇ, ਤੁਸੀਂ ਹੁਣ ਡਰ ਕੇ ਭੱਜਦਾ ਕਿਉਂ ਆ, ਡਰ ਦੀ ਗੱਲ ਹੋਈ ਜੇ ਤੁਸੀਂ ਸਾਂਝੇ ਦੇ ਸਾਹਮਣੇ ਆਓ, ਸਾਹਮਣੇ ਆਓ ਨਾ
ਦੁੱਧ ਜਿੰਨਾ ਪੀਣਾ ਦੁੱਧ ਇੱਕ ਹੋਰ ਜਗ੍ਹਾ ਹੈਗਾ ਜੀ ਨਹੀਂ ਸਾਨੂੰ ਤੇ ਕਦੀ ਨਸ਼ਾ ਆਇਆ ਨੀ ਵਾਕਿਆ ਪਹਿਲਾਂ ਥੋੜਾ ਮੋਟਾ ਹੁੰਦਾ ਹੁਣ ਤਾਂ ਬੇੜਾ ਗਰਕ ਹੋ ਗਿਆ ਯਾਰ ਆਪਾਂ ਸੱਚ ਬੋਲੀਦਾ ਵਾ ਕਹਿੰਦਾ ਵਲੋਗ ਬਣਾ ਵਲੋਗ ਹੁਣ ਕਹਿੰਦਾ ਵਲੋਗ ਨਾ ਬਣਾ ਅਸੀਂ ਕਿਹਾ ਸੀ ਵਲੋਗ ਨਾ ਬਣਾ ਕਿਹਾ ਮੈਂ ਟੂਣ ਪਲਾਜ਼ਾ ਕਿਹੜਾ ਵੇ ਕਿਹੜਾ ਟੂਣ ਪਲਾਜ਼ਾ ਕਿੱਥੋਂ ਨਾ ਕਰੇ ਟੋਲ ਪਲਾਜ਼ਾ ਮਾਮਾ ਟੂਣ ਬੋਕਸ ਨਾ ਕਦੀ ਕਿਉਂ ਤੇਰੇ ਨਾਲ ਉਹਨੇ ਨਾਈਟ ਬਣਾਈ ਉਹਨੇ ਨਾਈਟ ਕੱਢੀ ਕਹਿੰਦਾ ਇਹ ਨੀ ਡੈਡ ਹੁੰਦਾ ਪਰ ਬੁਰੀ ਬੜੀ ਜੋਤ ਨੀ ਡੈਡ ਹੁੰਦਾ ਹੁੰਦਾ ਨਾ ਕਾਲੂ ਆਉਂਦਾ ਨਾ ਕਿਤੇ ਤੇ ਨਾਲ ਮਿੱਠੂ ਆਉਂਦਾ ਨਾਲ ਅੰਮ੍ਰਿਤਸਰ ਦੀ ਗੱਲ ਖਾਣ ਡਿਆ ਝੰਡੇ ਲੰਘਣੇ ਘਸੀਟਪੁਰ ਪਹੁੰਚ ਗਏ ਆ ਤੇ ਆ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਹ ਆ ਘਸੀਟਪੁਰ ਦਾ ਗੁਰਦੁਆਰਾ ਸਾਹਿਬ ਬਾਬਾ ਭੋਲੇ ਨੂੰ ਬਚਾਈ ਬਾਕੀ ਨੀ ਕੋਈ ਚੱਕਰ ਇਹ ਬੰਦਾ ਬਚਣਾ ਚਾਹੀਦਾ ਸਾਡਾ ਕਿਉਂਕਿ ਇਹ ਬੰਦਾ ਕਹਿੰਦਾ ਬਾਬਾ ਮੈਨੂੰ ਆਪੇ ਬਾਬਾ ਆਪੇ ਆਪਣੇ ਕੋਲ ਹੀ ਲੈ ਲੈਣਾ ਬਾਬੇ ਨੇ ਫਿਰ ਹੈ ਓਏ ਬਾਬੇ ਨੇ ਫਿਰ ਆਪਣੇ ਕੋਲ ਹੀ ਲੈ ਲੈਣਾ ਸੀ ਬਾਬੇ ਦੇ ਹੱਥ ਬਾਬੇ ਦੀ ਉਂਗਲੀ ਬੜੀ ਆ ਤੇਰੇ ਬਾਬੇ ਦੀ ਉਂਗਲੀ ਬੜੀ ਕਹਿੰਦਾ ਕੀ ਕਹਿੰਦਾ ਜੀ ਗੁਰੂ ਦਾ ਤੁਸੀਂ ਦੁਰਪਣੇ ਮੂੰਹ ਤੁਹਾਡੇ ਅਸੀਂ ਮਾੜੀ ਭਰਾ ਉਂਗਲੀ ਸਿਰ ਤੇ ਲਾਂਤ ਪਾਓ ਕਮੈਂਟਾਂ ਚ ਕਿਹੜੀ ਗਲਤ ਗੱਲ ਹੋਵੇ ਮੈਂ ਤੇਰੇ ਸਾਈਡ ਦੇ ਹਿਸਾਬ ਨਾਲ ਬੋਲਿਆ ਕੀ ਹੈ ਕੀ ਮੈਂ ਦੂਜੀ ਵਾਰੀ ਕਿਉਂ ਨੀ ਬੋਲਦਾ ਸਾਡਾ ਬੰਦਾ ਇਹ ਕਿੰਨੇ ਵਜੇ ਪੜ੍ਹਦਾ ਵਾ ਕਿੰਨੇ ਵਜੇ ਪੜ੍ਹਦਾ ਵੇ ਕਰਦੀਆਂ ਕਰਦੀਆਂ ਪੜ੍ਹਾਉਣ ਲੱਗਿਆ ਪੜ੍ਹਦਾ ਹੈ
ਤੈਨੂੰ ਪੜਾਉਣ ਲੱਗਿਆ ਮੈਡਮਾ ਬੰਦਰ ਜਾ ਬੜਾ ਔਖਾ ਤੇਰਾ ਇੰਗਲਿਸ਼ ਹੱਥ ਮੈਂ ਸਾਰਾ ਸਕੂਲੇ ਗਏ ਹੋਈ ਤੇ ਤਾਂ ਸਕੂਲੇ ਤਾਂ ਕਦੀ ਬੜੇ ਨਹੀਂ ਓਏ ਸਾਬੀ ਸਾਬੀ ਪੰਪ ਇੱਕ ਹੋਰ ਆ ਗਿਆ ਤੇਲ ਪਾਉਣਾ ਖਾਤੇ ਚੱਲ ਭੁੱਲੇ ਦੇ ਭਾਈ ਤੇਲ ਵਾਲੀ ਗੱਲ ਸਹੀ ਗਈ ਸੀ ਪੈਸੇ ਦੀ ਨੀ ਫੇਰ ਕਮੀ ਫੇਰ ਨੀ ਕੋਈ ਪਰਵਾਹ ਡਾਲਰ ਵਾਂਗੂ ਨੀ ਨਾਮ ਸਾਡਾ ਚੱਲਦਾ ਆਹ ਵਿਊ ਵੇਖ ਤੂੰ ਫੋਨ ਤੇ ਨਹੀਂ ਏਡਾ ਘੈਂਟ ਲੱਗਣ ਡਿਆ ਜਿੰਨਾ ਅਸਲੀ ਲੱਗਣ ਮਾੜਾ ਵਾ ਤਾਂ ਕਰਕੇ ਫੋਨ ਮਾੜਾ ਵਾ ਆਪਣਾ ਦਿਖਾਈ ਮਾੜਾ ਲੈ ਤੂੰ ਸਾਡਾ ਹੀ ਮਾੜਾ ਭਾਈ 7000 ਦਾ ਫੋਨ ਮਾੜਾ ਫਿਰ ਮੇਰੇ ਫੋਨ ਨੂੰ ਮਾੜਾ ਕਹਿਣ ਡਿਆ ਤੇਰੀ ਮੋ ਫੋਨ ਆ ਹੀ ਮਾੜਾ ਮਾੜੇ ਦੇ ਮਾੜਾ ਤੇ ਲੈ ਦੋ ਫਿਰ ਲੈ ਦੋ ਅਮਰ ਅੱਛਾ ਅੱਛਾ ਡਰ ਦੇ ਨਾ ਜੀ ਮੇਰਾ ਨਾਂ ਨਾ ਲੈ ਦੀ ਹੁਣ ਜਿਹੜਾ ਲੱਗਦਾ ਲੋਕਾਂ ਨੂੰ ਲੱਗਦਾ ਨਾ ਜਿਹੜਾ ਡੈਡੀ ਦਾ ਨਾਂ ਲਈ ਅਸਲੀ ਤੇ ਮੈਂ ਹੀ ਆ ਉਹ ਤਾਂ ਪਤਾ ਹੀ ਆ ਮੈਂ ਆਪਣੀ ਮੇਰਾ ਅਸਲੀ ਤੇ ਮੈਂ ਉਹ ਤਾਂ ਪਤਾ ਹੀ ਆ ਮੈਨੂੰ ਆਹੋ ਚਰਨ ਦੇ ਕੁਰਕਰੇ ਭੁੱਖ ਲੱਗ ਗਈ ਮੁੰਡਿਆਂ ਨੂੰ ਮੋ ਜੁੰਦਾ ਭੁੱਖ ਲੱਗ ਗਈ ਤੇ ਮਾ ਇਹ ਰੈਸਟ ਲਈ ਕਿੱਥੇ ਬਣ ਗਿਆ ਸਾਡੀ ਕਸਮ ਨਾਲ ਬਾਉਂਦੇ ਨੇ ਜੰਤੀਪੁਰ ਮੋਹ ਗਿਆ ਹੁਣ ਲੱਗਾ ਪਤਾ ਕਿੱਥੇ ਮਚਿਆ ਜੰਤੀਪੁਰ ਦਾ ਪਾਓ ਯਾਰ ਸਪਰਾਈਟ ਨੱਕ ਅੱਧਾ ਮੇਰੇ ਵਰਗਾ ਨੇ ਅੱਧਾ ਅਕਲ ਵਰਗਾ ਵੈਸੇ ਸਾਬੀ ਰਾਤ ਦੇ ਟਰੈਵਲ ਦਾ ਮਜ਼ਾ ਬੜਾ ਹੁੰਦਾ ਹਨਾ ਕਰਨਾ ਆਪਾਂ ਤੁਰ ਕੇ ਡਏ ਹਾਂ ਏਦਾਂ ਹੀ ਹੈ ਜੋ ਤਾਂ ਦੋ ਤਿੰਨ ਟੂਰ ਕੱਢ ਰਹੇ ਨੇ ਏਦਾਂ ਹੀ ਅੰਮ੍ਰਿਤਸਰ ਦੇ ਮੁੜ ਕੇ ਆਪਾਂ ਚੰਡੀਗੜ੍ਹ ਚਲਦੇ ਕਰਨਾ ਤੁਰ ਕੇ ਫਿਰ ਜ਼ਿਆਦਾ ਹੋ ਗਿਆ ਦਿੱਲੀ ਦਿੱਲੀ ਬਾਹਰ ਹੀ ਚੱਲ ਜਾਵਾਂਗੇ ਤੁਰ ਕੇ ਡੁਮਕੀ ਲਾ ਲਾ ਡੁਮਕੀ ਨਹੀਂ ਹੁੰਦਾ ਡੋਂਕੀ ਹੁੰਦੀ ਡੁਮਕੀ ਲਾ ਮੈਂ ਬੋਲ ਲੈ ਚਿੱਲੀ ਕੁਰਕਰੇ ਮੇਰੇ ਹੱਥ ਬਿਜ਼ੀ ਇਸ ਟਾਈਮ ਲੱਗੀ ਤਾਂ ਮੇਰੇ ਹੱਥ ਗੰਦੇ ਵੀ ਨਾਲ ਮੈਂ ਧੋਲੇ ਹੀ ਹੱਥ ਬਾਰਾਂ ਧੋ ਗਏ ਕੀ ਮੂੰਹ ਪਾਇਆ ਤੇਰੇ ਹੈ ਆਪਣੇ ਪਾਇਆ ਭੁੱਲੂ ਗੁਰਕੇ ਲੈਣੇ ਤੇਰੇ ਨਾਲ ਟੇਡੇ ਮੇਲੇ ਲੈ ਲੈਂਦਾ ਟੇਡੇ ਲੈ ਲੈਣੇ ਕਹਿੰਦਾ ਹਾਂ ਟੇਡੇ ਮੇਲੇ ਲੈ ਲੈਂਦਾ ਤੂੰ ਡੁਮਕੀ ਲਾਉਣੀ ਆ ਲੱਤਾਂ ਪੀੜਾਂ ਹੁੰਦੀਆਂ ਥਕਾਵਟ ਦੀ ਮਾਰ ਬਸ ਏਦਾਂ ਹੀ ਥੋੜ੍ਹੀ ਜਿਹੀ ਰੈਸਟ ਕਰ ਲਿਆ ਕਰਨੀ ਰਾਜੇ ਭੋਲੇ ਦਾ 200 ਰੁਪਏ ਖਰਚਾ ਲਿਆ ਕਰਨਾ ਥਕਾਵਟ ਸਾਡੀ ਲੱਤ ਨਹੀਂ ਮਾਰੀ ਨਹੀਂ ਬੜੀ ਹੋਣੀ ਇਹਨੇ ਕਹਿੰਦਾ ਨਹੀਂ ਰੁਕਣਾ ਨਹੀਂ ਖਾਲੀ ਹੱਥ ਕਿਹਦੇ ਸਿਰ 'ਤੇ ਆ ਗਿਆ ਖਾਲੀ ਹੱਥ ਕਹਾਵੇ ਕਰੋ ਕੋਈ ਨਹੀਂ ਲੈਂਦਾ ਭਰਾ ਇਹਨੇ ਪੈਸਾ ਪਰ ਗੂਗਲ ਪੇ ਲਿਆ ਗਿਆ 300 ਮਿਰਚ ਬੜੀ ਕੁਰਕਰਿਆਂ ਚ ਇਸ ਕਰਕੇ ਆਪਾਂ ਲੈ ਲਈ ਆਈਸਕ੍ਰੀਮ ਮੱਛੀ ਚਲੀ ਖਾ ਲੈਣੇ ਜਾਣ ਮੈਂ ਤੇ ਖਾਧੀ ਨੀ ਮਾੜੀ ਜੀ ਮੈਂ ਤਾਂ ਖਾ ਕੇ ਨੀ ਕਿਤੇ ਹੁੰਦੀ ਆ ਸ਼ਹਿਰ ਹੁੰਦੀ ਆ ਅਸੀਂ ਜਾਣ ਡਿਆ ਜੰਤੀਪੁਰ ਪਹੁੰਚ ਗਏ ਕਿੰਨੇ ਖਾਧੇ 2 ਕੱਪ ਦੋ ਕੱਪ ਦੇ ਆ ਇੱਕ ਆ ਦੇਖੋ ਦੋ ਮਗਰ ਆ ਵੇ ਮਗਰ ਵੀ ਕੈਮਰਾ ਮਾਰ ਆਪਣੇ ਦੋ ਕੱਪ ਪੀ
ਕਹਿੰਦੇ ਚੋਰੀਆਂ ਚਕਾਰੀਆਂ ਬੜੀਆਂ ਹੁੰਦੀਆਂ ਵਾ, ਘਬਰਾਟਾਂ ਬੜੀਆਂ ਹੋਣਡੀਆਂ ਵਾ, ਪਸੀਨੇ ਸੁੱਟ ਰਹੇ ਨੇ। ਆਖ ਮੇਰਾ ਵੀਰ ਮੇਰੇ ਅੱਗੇ ਅੱਗੇ ਤੁਰਨ ਡਿਆ ਵਾ, ਕਹਿੰਦਾ ਵੀ ਜੇ ਮੈਂ ਪਿੱਛੇ ਆਵਾਂ, ਨਹੀਂ ਨਹੀਂ ਕਹਿੰਦਾ ਜੇ ਮੈਂ ਪਿੱਛੇ ਹੋਵਾਂ ਮੈਂ ਹੌਲਾ ਬੜਾ ਤੇ ਮੈਨੂੰ ਕਿਸੇ ਨੇ ਚੁੱਕ ਕੇ ਲੈ ਜਾਣਾ, ਮੈਂ ਪਤਲਾ ਬੜਾ ਵਾ। ਇੱਕ ਵੀਰ ਸਾਡਾ ਬਹੁਤ ਅੱਗੇ ਉਹ ਜਿੱਥੇ ਪੰਪ ਆ ਨਾ, ਉਹ ਜਿੱਥੇ ਤੁਹਾਨੂੰ ਮਾੜਾ ਜਿਹਾ ਦਿਖਣ ਦੀ ਰੋਸ਼ਨੀ, ਉਹ ਬਹੁਤਾ ਭਾਰਾ ਬੰਦਾ ਵਾ, ਉਹ ਉੱਥੇ ਆ। ਆਪਾਂ ਤਿੰਨ ਜਾਣੇ ਆ, ਅਸੀਂ ਥੋੜ੍ਹਾ ਜਿਹਾ ਰੋਕੇ ਸੀ ਰੈਸਟ ਕਰਨ ਲਈ, ਆਹ ਵੀਰ ਫਸ ਗਿਆ ਸੀ ਸਰਜੀਤ ਸਿੰਘ ਝੂੜੇ ਮਾਰੀ ਜਾਣਾ, ਉਹ ਕਹਿੰਦਾ ਜੀ ਆਹ ਵੀਰ ਥੱਕ ਗਿਆ ਸੀ, ਉਹ ਸਾਈਡ ਤੇ ਚਲ ਗਿਆ ਸੀ, ਉਹ ਥੱਕ ਗਿਆ ਬਹਿ ਲਗਾਓ, ਉਹ ਤਾਂ ਇਸ ਕਰਕੇ ਅੱਗੇ ਬੜੀ ਚਲ ਗਿਆ। ਉਹ ਸਾਡਾ ਵੀਰ ਭੋਲਾ, ਸਾਡਾ ਵੀਰ ਭੋਲਾ ਇੱਧਰ ਕਿਤੇ ਵੜਿਆ ਸੀ ਪਰ ਸਾਨੂੰ ਲੱਭਣ ਨਹੀਂ ਡਿਆ, ਭਾਵੇਂ ਕਿੱਥੇ ਵੜ ਗਿਆ। ਉਹ ਭਾਵੇਂ ਇਕੱਲਾ ਇਕੱਲਾ ਖਾਣ ਡਿਆ ਵੇ ਸਭ, ਵੇ ਭੋਲੇ ਬਾਹਰ ਆ ਓਏ, ਉਹ ਸਾਨੂੰ ਲੱਭਣ ਨਹੀਂ ਡਿਆ। ਹੋ ਗਏ ਮਾੜਾ ਜਿਹਾ, ਉਹ ਚਲ ਆ ਸਾਬੀ ਜਾਣਾ ਉੱਧਰ ਲਾਉਂਦੇ ਘੜੀ ਮਾੜੀ ਜਿਹੀ ਝੂਠ ਸੱਚ ਸੁਣਦੇ ਆ। ਹਾਂ ਚੱਲੀ, ਅਸੀਂ ਚੱਲੇ ਹਾਂ ਭੋਲੇ ਵੀਰ ਲਾਗੇ। ਭਰਾ ਤੂੰ ਤੇਜ਼ੀ ਬੜੀ ਤੁਰਦਾ ਭਰਾਵਾ, ਉਹਨੂੰ ਬਾਥਰੂਮ ਆ ਗਿਆ ਭਰਾ, ਉਹ ਬਾਥਰੂਮ ਕਰਨ ਰੁਕਿਆ ਤੂੰ ਤਾਂ ਭਾਵੇਂ ਲੱਭਾ ਹੀ ਨਹੀਂ ਸਾਨੂੰ, ਹੈ ਵੇ ਪਸੀਨੇ ਛੁੱਟ ਗਏ ਮੂੰਹ ਧੋਣ ਡਿਆ ਵਾ। ਮੰਮਾ ਤੂੰ ਤਾਂ ਲੱਭਾ ਹੀ ਨਹੀਂ, ਬੜੀ ਤੇਜ਼ ਤੁਰਦਾ ਅੰਦਰ ਕੀ ਆ, ਨੱਕ ਸਾਫ ਕਰ, ਬੜੀ ਤੇਜ਼ ਆਇਆ ਭਰਾ ਤੂੰ। ਮੰਮਾ ਅਸੀਂ ਰੋਕੇ, ਇਹਨੂੰ ਬਾਥਰੂਮ ਆ ਗਿਆ ਸੀ, ਅਸੀਂ ਤਾਂ ਰੋਕੇ ਸੀ। ਕੀ ਕੀਤਾ ਆਪਾਂ, ਤੂੰ ਸਬੂਤਾ ਨਾ ਤੇਰਾ, ਨਾ ਤੇਰਾ ਪਜਾਮਾ ਲਿਬੜਿਆ, ਕਾਰਨਾਮਾ ਕਰਨਾ ਆਪਾਂ ਭਰਾ ਰੋਕੇ, ਉਹਨੂੰ ਬਾਥਰੂਮ ਆਇਆ ਸੀ। ਨਹੀਂ ਨਹੀਂ ਇਹਦੇ ਵਰਗੇ ਕੀ ਮਤਲਬ ਤੇਰਾ, ਨਹੀਂ ਇਹ ਸੀਟੂ ਆ ਯਾਰ, ਮੇਰੀ ਗੱਲ ਮੇਰੀ ਗੱਲ ਸੁਣ, ਨਹੀਂ ਨਹੀਂ ਮੇਰੀ ਗੱਲ ਤਾਂ ਸੁਣ, ਮੈਂ ਕਿਹਾ ਇਹ ਸੀਡੂ ਆ, ਤੂੰ ਸੀਡੂ ਤੇ ਫੇਰ ਲੜੇਗਾ, ਤੂੰ ਜੇ ਤੂੰ ਸੀਡੂ ਫੇਰ ਤੂੰ ਮੈਨੂੰ ਕਹੇਗਾ ਕੁਛ ਹੈਗਾ ਵਾ, ਹੈਗਾ ਵਾ ਉਹ। ਆਹ ਵੇਖੋ ਵਿਊ ਵੇਖੋ ਤੁਸੀਂ, ਕਿਆ ਵਾ ਵਿਊ ਵੇਖੋ, ਨਜ਼ਾਰੇਦਾਰ ਚੰਡੀਗੜ੍ਹ 2.0 ਹੈ। ਆ ਅਮਲੀ ਜੇ ਟੋਪ ਦਾ ਨਾ ਯਾਰ, ਜੇ ਤੂੰ ਹੈਗਾ ਵਾ ਨਾ, ਜੇ ਤੂੰ ਹੈਗਾ ਫਿਰ ਹੀ ਤੂੰ ਕਰੇਗਾ ਕੁਛ, ਫਿਰ ਤਾਂ ਹੱਥ ਲਾਏਗਾ ਯਾਰ, ਤੈਨੂੰ ਫਰਕ ਹੀ ਨਹੀਂ ਪੈਣਾ ਜਿਹਦਾ। ਮੈਂ ਕਿਹੜੀ ਜਗ੍ਹਾ ਕਹਿੰਦਾ ਢਾਬਾ ਵਾ, ਨਹੀਂ ਨਹੀਂ ਟੋਲ ਪਲਾਜ਼ੇ ਤੋਂ ਕਿੰਨੀ ਕੁ ਪਿੱਛੇ ਆ, ਤਲਵੰਡੀ ਉਹ ਮੈਂ ਤਲਵੰਡੀ ਲਿਆ, ਤਲਵੰਡੀ ਆ ਏ, ਤਲਵੰਡੀ ਪਹੁੰਚ ਗਿਆ ਆਪਾਂ। ਆ ਹੋਟਲ ਆ, ਬਹੁਤ ਸੋਹਣਾ ਹੋਟਲ ਹੈ, ਬਹੁਤ ਸੋਹਣੇ ਬੰਦੇ ਬੈਠੇ ਅੰਦਰ। ਚਲੋ ਹੁਣ ਆਪਾਂ ਹੌਲੀ ਹੌਲੀ ਤੁਰਦੇ ਜਾਂਦੇ ਆ, ਮੇਰਾ ਬੜਾ ਹੋ ਗਿਆ। ਨਹੀਂ ਨਹੀਂ ਕੀ ਨਾਮ ਹੈ, ਕੀ ਨਾਮ ਹੈ, ਟੋਲ ਪਲਾਜ਼ੇ ਪਹੁੰਚ ਗਏ ਆ, ਟੋਲ ਪਲਾਜ਼ੇ ਤੇ ਪਹੁੰਚਣ ਨੂੰ ਸਾਨੂੰ ਘੱਟੋ ਘੱਟ ਕਿੰਨਾ ਟਾਈਮ ਲੱਗ ਗਿਆ ਵੀ, ਨਹੀਂ ਟੋਲ ਪਲਾਜ਼ੇ ਪਹੁੰਚਦੇ ਪਹੁੰਚਦੇ ਗੁਰੂਵਾਰ ਨੂੰ 2 ਘੰਟੇ ਤਾਂ ਲੱਗ ਗਏ, 2-2.5 ਘੰਟੇ ਹਨਾ, 2-2.5 ਘੰਟੇ ਲੱਗ ਗਏ ਆ। ਅਤੇ ਟੋਲ ਪਲਾਜ਼ਾ ਆ ਗਿਆ ਜੇ, ਉਹ ਸਾਹਮਣੇ ਹਜੇ ਵੀ 500 ਮੀਟਰ ਦੱਸ ਰਿਹਾ ਵਾ, ਅਤੇ ਬੰਦੇ ਦਾ ਹਾਲ ਮੈਂ ਕੀ ਕਹਾਂ, ਇਹਦਾ ਹਾਲ ਬੇਹਾਲ ਹੋ ਗਿਆ, ਆਪੇ ਦੇਖ ਲਓ ਕੀ ਹਾਲ ਹੋ ਗਿਆ ਜੀ। ਮੈਂ ਆ ਗਿਆ ਪੂਰਾ ਹੀ, ਉਹ ਕਿੱਦਾਂ ਨਹੀਂ ਸਾਬੀ, ਉਹ ਕਿੱਦਾਂ ਬੜਾ ਯਾਰ, ਤੂੰ ਲੱਤਾਂ ਕਿਉਂ ਮਾਰਨ, ਲੱਤਾਂ ਚੁੱਕਣ ਦੀ ਜੜਾ ਹੱਥ ਤੈਨੂੰ, ਇਹ ਸੱਚ ਯਾਰ। ਮਾਮਾ ਕੈਪਸਲ ਕੁਪਸਲ ਵਾਲੀ ਗੱਲ ਵਿੱਚ ਨਹੀਂ ਕਰਨਾ, ਨਹੀਂ ਨਹੀਂ ਮਾਮਾ ਮੰਨਿਆ ਖਾਂਦਾ, ਪਰ ਇਹ ਗੱਲ ਵਿੱਚ ਨਹੀਂ ਕਰਨਾ, ਤੂੰ ਲੈ ਮੈਂ ਕਿਹਾ ਵੀ ਤੈਨੂੰ ਕਿਸੇ ਨੇ ਧੱਕੇ ਨਾ ਖਵਾਲਤਾ ਵਾ, ਮੇਰੀ ਗੱਲ ਸੁਣ ਸਾਬੀ, ਨਹੀਂ ਨਹੀਂ ਨੱਕ ਕਿਦਾਂ ਵਿੰਗਾ ਤੇਰਾ, ਨਹੀਂ ਨੱਕ ਕਿਦਾਂ ਵਿੰਗਾ, ਸੱਟ ਕਾਹਦੇ ਨਾਲ ਲੱਗੀ, ਕਾਹਦੀ ਸੱਟ ਲੱਗੀ, ਨਹੀਂ ਮੈਂ ਕਿਹਾ ਸੱਟ ਲੱਗੀ ਹੋਈ ਨਾ ਮੇਰੇ ਠਾ ਠਾ ਠਾ
ਮੈਂ ਨਹੀਂ ਡੇਕ ਜਾਣਾ ਜੀ ਭਾਈ ਉਹ ਮਾਮਾ ਦੀ ਅੱਖਾਂ ਦੇ ਓਏ ਉਹਨੇ ਨੀਂਦ ਨੀਂਦ ਦਾ ਪਟਾ ਓ ਓਏ ਇਹ ਅੱਖਾਂ ਵੇ ਨੀਂਦ ਦਾ ਪਟਾ ਲਿਆ ਟੋਲ ਬਾਜੇ ਪਹੁੰਚ ਗਏ ਟੋਲ ਬਾਜੇ ਦਾ ਨਜ਼ਾਰਾ ਓਏ ਉੱਥੇ ਰੈਸਟ ਕਰਦੇ ਆ ਅਸੀਂ ਯਾਰ ਘੜੀ ਕੇ ਰੈਸਟ ਕਰੀਏ ਹਾਂ ਹਾਂ ਓਏ ਮੁੰਡਿਓ ਰੈਸਟ ਕਰੀਓ ਉੱਥੇ ਰੈਸਟ ਕਰਦੇ ਹਾਂਜੀ ਤੇ ਮੇਰੀ ਸੁਣ ਲਓ ਗੱਲ ਆਹ ਬੰਦਾ ਅੱਗੇ ਤੁਹਾਡੇ ਨਾਲ ਦਿਖਣਾ ਨਹੀਂ ਜੇ ਤੁਹਾਨੂੰ ਕਦੀ ਕਿਉਂਕਿ ਦੇਖੂਗਾ ਇਹਦੀ ਅੱਜ ਇੰਨੀ ਲੱਸੀ ਕੀਤੀ ਨਾ ਇੰਨੀ ਕੁੱਤੇ ਖਾਣੀ ਕੀਤੀ ਨਾ ਇਹ ਬੰਦਾ ਅੱਗੇ ਤੋਂ ਨੀ ਦੇਖਦਾ ਤੁਹਾਨੂੰ ਇਹ ਮੈਂ ਗਰੰਟੀ ਦਿੰਦਾ ਜੇ ਦੇਖੂਗਾ ਵੇਖ ਲਾ ਮੇਰੀ ਗੱਲ ਸੁਣ ਵੇਖ ਲੈ ਸੰਪਰਕ ਕਰਨਾ ਤੇ ਕਰ ਲੈ 17-18 ਫੋਲੋਵਰ ਹੈਗੇ ਮੇਰੇ ਸਬਸਕ੍ਰਾਈਬਰ ਵਟਸਐਪ ਤੇਰਾ ਮੈਂ ਡਿਸਕ੍ਰਿਪਸ਼ਨ 'ਚ ਨੰਬਰ ਪਾ ਦੂੰਗਾ ਭਾਈ ਜੇ ਜਮਾਨਾ ਨਹੀਂ ਨਾ ਕਿ ਤੇਰਾ ਬਿਜ਼ਨਸ ਦਿਆ ਤੇਰਾ ਮੈਂ ਬਿਜ਼ਨਸ ਵਧਾਉਣ ਡਿਆ ਵਾਂ ਤੇ ਤੂੰ ਗੁਰੂ ਵਾ ਹੋਏ ਗੱਲਾਂ ਫਿਰ ਜਾ ਯਾਰ ਭੋਲਿਆ ਦਿਲ ਤੋੜਤਾ ਜੀ ਇੱਥੇ ਹੁਣ ਬਹਿਣਾ ਘੜੀ ਇੱਥੋਂ ਨੂੰ ਖਾਣੇ ਪੀਣੇ ਕੁਛ ਫਿਰ ਤੁਰਦੇ ਹਾਂ ਹੈਨਾ ਇੱਕ ਵੈਂ ਜਿਹੜੇ ਸੈਲਾਂ ਇਹ ਕੇਲਾ ਖਾਂਦਾ ਨਾ ਬੰਦਾ ਇਹ ਗੱਲ ਹੀ ਛੱਡ ਦੋ ਆ ਬੈਠੇ ਆਪਾਂ ਘੜੀ ਜੋ ਮਰਜ਼ੀ ਕਰ ਲਾ ਖਾਣ ਵਾਲੀ ਚੀਜ਼ ਕਿਉਂ ਲੈਣ ਡਿਆ ਮੈਨੂੰ ਦੱਸ ਨਹੀਂ ਨਹੀਂ ਮੇਰੀ ਗੱਲ ਸੁਣ ਰੱਖਿਆ ਵਾ ਛਿੱਕੜਾ ਛਿੱਕੜ ਆ ਅੱਧਾ ਕੇਲਾ ਮੈਂ ਉਹਦੇ ਵਾਸਤੇ ਰੱਖਿਆ ਆ ਹਾਂ ਵੀਰ ਵਾਸਤੇ ਕਿੱਦਾਂ ਮਿਲਦਾ ਓਏ ਮੂੰਹ ਵੇ ਮੂੰਹ ਵੇਖੋ ਉਹਦਾ ਤੇ ਮੇਰੀ ਗੱਲ ਸੁਣੋ ਭਾਈ ਹੁਣ ਕਰਨ ਡਿਆ ਥੋੜ੍ਹੀ ਰੈਸਟ 10 ਮਿੰਟ ਬੈਠੇ ਹਾਂ 10 ਮਿੰਟ ਬਹਿ ਕੇ ਬਨਾਨਾ ਸਿਖਾ ਕੇ ਫਿਰ ਤੁਰਦੇ ਹਾਂ ਬੂਟ ਬਾਟ ਲਾ ਲਏ ਆ ਰੈਸਟ ਕਰ ਲਿਆ ਤਾਂ ਸਾਡਾ ਜਿਹੜਾ ਯਾਰ ਹੀ ਭੋਲਾ ਅਸੀਂ ਉਹਦਾ ਹਾਲ ਕੀਤਾ ਨਾ ਗੱਲਾਂ ਇੰਨੀਆਂ ਲਾਈਆਂ ਨਾ ਉਹਨੂੰ ਉਹ ਸਾਡੇ ਤੋਂ ਵੱਖਰਾ ਹੀ ਅੱਗੇ ਟੋਲ ਪਲਾਜ਼ੇ 'ਤੇ ਬੈਠਾ ਵਾ ਉਹ ਟਿਕਟਾਂ ਟੁਕਟਾਂ ਕੱਟਣ ਡਿਆ ਗੱਡੀਆਂ ਵਾਲਿਆਂ ਦੀਆਂ ਉਹ ਟੋਲ ਪਲਾਜ਼ੇ ਉਹ ਆਪਣੇ ਗਾਹਕ ਬਣਾਉਣ ਡਿਆ ਵਾ ਬੜੀ ਨੀ ਜਾਣ ਹਾਂ ਕੱਥੂ ਨਗਲ ਦਾ ਰਸਤਾ ਜੀ ਪੂਰਾ ਸੁਨਸਾਨ ਹੈ ਰਸਤਾ ਮੈਂ ਕਿਹਾ ਰੱਬ ਰੱਖ ਰੱਬ ਹੀ ਰੱਖ ਆ ਸਹੀ ਗੱਲ ਹੀ ਹੈ ਵੇ ਮੈਂ ਰੱਬ ਹੀ ਰੱਖ ਆਈ ਸੁਨਸਾਨ ਰਸਤਾ ਪੂਰਾ ਤੁਰੇ ਜਾਣ ਦੇ ਆਪਾਂ 4 ਜਣੇ ਵੈਸੇ ਤਾਂ ਇੱਥੇ ਗੁਰਦੁਆਰਾ ਸਾਹਿਬ ਹੈਗਾ ਰਸਤੇ 'ਚ ਪਰ ਉਹ ਲਾਗੇ ਹੀ ਆ ਮੁੜ ਗਿਆ ਕਿ ਅੱਗੇ ਸਾਰਾ ਰਸਤਾ ਸੁਨਸਾਨ ਹੀ ਆ ਹੁਣ ਆਪਾਂ ਤੁਰੇ ਜਾਣਾ ਵਾ ਕਿਉਂਕਿ 2 ਜਗ੍ਹਾ ਆਪਾਂ ਰੁਕ ਗਏ ਹਾਂ ਹੁਣ ਨਹੀਂ ਆਪਾਂ ਰੁਕਣਾ ਜੇ ਹੁਣ ਰੁਕ ਗਏ ਤਾਂ ਫਿਰ ਸਾਨੂੰ ਪਤਾ ਵਾ ਕਹਿੰਦੇ ਪਿਛਲੀ ਵਾਰੀ ਮੈਂ ਇਹਦੇ ਜਿਹੜਾ ਰੁਕਣ ਕਰਕੇ ਨਾ ਕੰਮ ਸਗੋਂ ਖਰਾਬ ਹੋ ਜਾਂਦਾ ਵਾ ਬੰਦਾ ਤੁਰਦਾ ਰਹੇ ਤਾਂ ਤੁਰੀ ਜਾਂਦਾ ਵਾ ਹੈਂ ਮੈਂ ਕਿਹਾ ਨਹੀਂ ਮੇਰੇ ਕਿ ਨਹੀਂ ਪਿਛਲੀ ਵਾਰੀ ਰੁਕੇ ਸੀ ਗੁਰੂ ਆਪਾਂ ਨਾ ਪਿਛਲੀ ਵਾਰੀ ਟੋਲ ਬਾਜ਼ੇ ਰੁਕੇ ਤਾਂ ਜੰਦੀਪੁਰ ਰੁਕੇ ਸੀ ਐਰਕੀ ਵੀ ਉਹ ਬਸ ਜੰਦੀਪੁਰ ਦੇ ਟੋਲ ਬਾਜ਼ੇ ਰੁਕੇ ਆ ਅਤੇ ਮੈਂ ਕਹਿੰਦਾ ਮੈਂ ਹਾਂ ਤੁਰੇ ਜਾਈਏ ਤਾਂ ਤੁਰੇ ਜਾਣਾ ਵਾ ਆਪਾਂ ਰੁਕ ਗਏ ਨਾ ਜਦੋਂ ਪੈਰ ਠੰਡੇ ਪੈ ਰਹੇ ਨਾ ਫਿਰ ਪੀੜ ਹੋਣ ਡਿਆ ਬੰਦੇ ਪੈਰ ਇਸ ਕਰਕੇ ਹੁਣ ਤੁਰੀ ਜਾਣਾ ਵਾ ਪੈਰ ਕਿਹਨੇ ਪੀਣਾ ਆਹੋ ਆਹ ਕੱਥੋਂ ਨੂੰ ਛਾਲੇ ਦੇ ਕੇ ਪੈਂਦੇ ਬੱਚੇ ਆਹ ਕੱਥੋਂ ਲੰਘ ਲਾ ਆਪਾਂ 1 ਘੰਟੇ 1 ਘੰਟੇ 'ਚ ਲੰਘਣਾ ਵਾ ਤੇਰੀ ਚੱਪੜ ਭੁੱਲੀ ਆ ਨਾ ਇਹ ਡੋਣੀ ਆ ਮੈਂ ਅਤੇ ਹੁਣ ਇਹੋ ਹੀ ਆ ਟਾਰਗੇਟ ਆਪਣਾ ਵੀ ਕੱਥੋਂ ਲੰਘ ਲੈ 1 ਘੰਟੇ ਦੇ ਵਿੱਚ ਲੰਘਣਾ ਵਾ ਕਿਉਂਕਿ ਕੱਥੋਂ ਨੰਗਲ ਬਹੁਤਾ ਸੁਨਸਾਨ ਹੈ ਨਾ ਇੱਧਰ ਗੱਡੀ ਲੰਘਦੀ ਕੋਈ ਅਤੇ ਨਾ ਕੋਈ ਬਾਈਕ ਇਸ ਕਰਕੇ ਇਹ ਥੋੜ੍ਹਾ ਰਸਤਾ ਖਤਰਨਾਕ ਹੀ ਆ ਵੀ ਯਾਰ ਹੀ ਵੇਖ ਲਓ ਤੁਹਾਨੂੰ ਤਾਂ ਕੁਛ ਦੇਖਣ ਨੂੰ ਨਹੀਂ ਡਿਆ ਹੋਣਾ ਉਹ ਗੁਰਦੁਆਰਾ ਸਾਹਿਬ ਆ ਸਾਹਮਣੇ ਬਾਬਾ ਬੁੱਢਾ ਜੀ ਦਾ ਚਲੋ ਹੁਣ ਤੁਰਦੇ ਜਾਂਦੇ ਹਾਂ ਅੱਗੇ ਦੇਖਦੇ ਹਾਂ ਕੀ ਬਣਦਾ ਕੱਥੋਂ ਬਣਦਾ ਗੁਰਦੁਆਰਾ ਸਾਹਿਬ ਦਾ ਹਾਂ ਜੇ ਗੁਰਦੁਆਰਾ ਸਾਹਿਬ ਇੱਥੇ ਜ਼ਿਆਦਾਤਰ ਜਿਹੜੇ ਟਰੱਕ ਵਗੈਰਾ ਵਾਲੇ ਹੁੰਦੇ ਆ ਉਹ ਮਤਲਬ ਇੱਥੋਂ ਲੰਗਰ ਛਕਦੇ ਨੇ ਅਤੇ ਰਾਤੀ ਰੈਸਟ ਕਰਨ ਲਈ ਰੁਕ ਜਾਂਦੇ ਨੇ ਆਹ ਗੁਰਦੁਆਰਾ ਸਾਹਿਬ ਆ ਕੱਥੋਂ ਨੰਗਲ ਦਾ ਬੜਾ ਮਸ਼ਹੂਰ ਆ ਬਾਬਾ ਬੁੱਢਾ ਸਾਹਿਬ ਦਾ ਜਨਮ ਸਥਾਨ ਆ ਬਾਬਾ ਜੀ ਕਿਰਪਾ ਕਰਿਓ ਵਧੀਆ ਵਧੀਆ ਸਫ਼ਰ ਹੋ ਜੇ ਅਤੇ ਇੱਥੇ ਜ਼ਿਆਦਾਤਰ ਮਤਲਬ ਟਰੱਕ ਡਰਾਈਵਰ ਹੁੰਦੇ ਨਾ ਜਿਹੜੇ
ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਟਰੱਕ ਡਰਾਈਵਰ ਜੇ ਢਾਬਿਆਂ 'ਤੇ ਰੋਟੀ ਖਾਵੇ ਅਤੇ ਜਿੰਨੀ ਵੀ ਵਿਚਾਰੇ ਦੀ ਤਨਖਾਹ ਹੁੰਦੀ ਆ ਅਤੇ ਉਹ ਤੋਂ ਅੱਧਾ ਤਾਂ ਮਤਲਬ ਖਾਣ ਪੀਣ 'ਚ ਹੀ ਖਰਚਾ ਜਾਂਦਾ ਵਾ ਇਸ ਕਰਕੇ ਮੈਕਸੀਮਮ ਟਰੱਕ ਡਰਾਈਵਰ ਢਾਬਿਆਂ 'ਤੇ ਰੁਕਦੇ ਆ ਔਰ ਸੋਰੀ ਗੁਰਦੁਆਰਾ ਸਾਹਿਬ ਰੁਕਦੇ ਮੈਕਸੀਮਮ ਟਰੱਕ ਡਰਾਈਵਰ ਅਤੇ ਉੱਤੋਂ ਉੱਥੇ ਰੈਸਟ ਵੀ ਕਰ ਲੈਂਦੇ ਆ ਅਤੇ ਉੱਤੋਂ ਗੁਰੂ ਦਾ ਦੂਜੀ ਗੱਲ ਵੀ ਗੁਰੂ ਘਰ ਆ ਰੈਸਟ ਕਰਨ ਲਈ ਰੁਕੇ ਹਾਂ ਥੋੜ੍ਹਾ ਜਿਹਾ ਅਤੇ ਅਸੀਂ ਤਕਰੀਬਨ ਗਲੋਬਲ ਲਾਗੇ ਪਹੁੰਚ ਗਏ ਹੈ ਨਾ ਗਲੋਬਲ ਕਾਲਜ ਲਾਗੇ ਪਹੁੰਚ ਗਏ ਹਾਂ ਅਤੇ ਰਹਿ ਗਿਆ ਬਸ ਦਸ ਬਾਰਾਂ ਕਿਲੋਮੀਟਰ ਰਹਿ ਗਿਆ ਔਰ ਅੰਮ੍ਰਿਤਸਰ ਅਤੇ ਪਰ ਜਿਹੜਾ ਗਲੋਬਲ ਲਾਗੇ ਪਹੁੰਚੇ ਹੈ ਨਾ ਬੜਾ ਔਖਾ ਪਹੁੰਚੇ ਜੇ ਆਹ ਵੀਰ ਦੀ ਵੀ ਚਾਲ 'ਚ ਫਰਕ ਹੋ ਗਿਆ ਵਾ ਆਹ ਵੀਰ ਦੀ ਖੱਬੀ ਲੱਤ ਜਵਾਬ ਦੇ ਗਈ ਆ ਅਤੇ ਅਸੀਂ ਹਜੇ ਕਾਇਮ ਆ ਅਸੀਂ ਕਾਇਮ ਆ ਸਾਡੀ ਨਹੀਂ ਬਸ ਹੋਈ ਨਿਆਣੇ ਇਹ ਬੱਚੇ ਆ ਆਹ ਚੱਲ ਹੈਗਾ ਉਮਰ ਦਾ ਬੱਚਾ ਜਿਹਾ ਇਹਨੇ ਦਾੜੀ ਵੀ ਨਹੀਂ ਪੁੱਟੀ ਉੱਟ ਕੇ ਲਿਆ ਦਾੜੀ ਭੁੱਖ ਬੜੀ ਲੱਗੀ ਤੇ ਮੈਂ ਕਿਹਾ ਚੱਲ ਢਾਬਾ ਮੈਨੂੰ ਕੁਛ ਹੈਗਾ ਸੀ ਹੁਣ ਅੱਗੇ ਕੁਛ ਵਹਿੰਦੇ ਆ ਕੁਛ ਖਾਣ ਪੀਣ ਨੂੰ ਮਿਲ ਜੇ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਢਾਬੇ ਵਾਲੇ ਆ ਸੁੱਤੇ ਆ ਮਜ਼ੇ ਨਾਲ ਅਸੀਂ ਢਾਬੇ ਵਾਲੇ ਰਾਖੀ ਕਰਨ ਡੇ ਆ ਚਲੋ ਹੁਣ ਤੁਰ ਲੱਗੇ ਫਿਰ ਦਸ ਮਿੰਟ ਤੱਕ ਤੁਰਦੇ ਹਾਂ ਫਿਰ ਦੇਖਦੇ ਹਾਂ ਕੁਛ ਰਾਹ ਤੇ ਖਾਣ ਪੀਣ ਨੂੰ ਲੱਭ ਜੇ ਚਲੋ ਭਾਜੀ ਥੱਕੇ ਜੇ ਹਾਂ ਥੱਕਣ ਤੁਸੀਂ ਡੇ ਜੇ ਆ ਜਿਹੜੀ ਤੁਹਾਡੀ ਮਟਕ ਮਟਕ ਕਰਨ ਡੀ ਆ ਨਾ ਹਾਏ ਬੜੀ ਮਟਕ ਮਟਕ ਜਾਂਦੀ ਭੁੱਲਿਆ ਮੈਂ ਕਿਹਾ ਚਾਲ ਵਿਗੜ ਗਈ ਆ ਸਾਡੇ ਵਿਗੜ ਗਈ ਆ ਜਿਨ੍ਹਾਂ ਦੀ ਚਾਲ ਜਨਾਨੀ ਆ ਵਰਗੀ ਬਸ ਥੋੜ੍ਹਾ ਜਿਹਾ ਰਹਿ ਗਿਆ ਰਸਤਾ ਅੰਮ੍ਰਿਤਸਰ ਐਂਟਰੀ ਹੋ ਗਈ ਆ ਅਤੇ ਹੁਣ ਚੱਲਦੇ ਜਾਣਾ ਹੁਣ ਨਹੀਂ ਆਪਾਂ ਕਿਤੇ ਰੁਕਣਾ ਠੀਕ ਆ ਹੁਣ ਅਸੀਂ ਚੱਲਦੇ ਜਾਣਾ ਵਾ ਕਿਉਂਕਿ ਜੇ ਆਪਾਂ ਰੁਕ ਜਾਂਦੇ ਹਾਂ ਤਾਂ ਉਦੋਂ ਫਿਰ ਸਾਡਾ ਸਰੀਰ ਠੰਡਾ ਪੈ ਜਾਂਦਾ ਫਿਰ ਸਾਨੂੰ ਕਿਉਂਕਿ ਪੈਰਾਂ 'ਤੇ ਛਾਲੇ ਛੁੱਲੇ ਪੈ ਗਏ ਆ ਅਤੇ ਉਹ ਫਿਰ ਬੜਾ ਤੰਗ ਕਰਦੇ ਆ ਹਨਾ ਬੋਲੇ ਹਾਂ ਹੁਣ ਅਸੀਂ ਤੁਰਦੇ ਜਾਣਾ ਬਸ ਪਹੁੰਚ ਜਾਣਾ ਵਾ ਬੜਾ ਜ਼ੋਰ ਹੋ ਗਿਆ ਵਾ ਕਹਿੰਦਾ ਸਾਬੀ ਵੀਰ ਤੇਲ ਪਾਉਣਾ ਸਾਬੀ ਦਾ ਵੀਰੇ ਇਸ ਟਾਈਮ ਪੰਪ ਫੁੱਲ ਹੀ ਆ ਤੇਲ ਉਹਨੇ ਤੇਰੇ 'ਚ ਪਾਉਣਾ ਹੀ ਥੋੜ੍ਹਾ ਸਹਿ ਮੇਰਾ ਭਰਾ ਹੈ ਵੇ ਮੈਂ ਕਿਹਾ ਸਾਬੀ ਵੀਰ ਦਾ ਪੰਪ ਫੁੱਲ ਹੀ ਆ ਉਹਨੇ ਫਿਰ ਤੇਰੇ 'ਚ ਤੇਲ ਪਾਉਣਾ ਹੀ ਆ ਮੁੜ ਕੇ ਨਾ ਕੁਛ ਬੜਾ ਕਰਦਾ ਚੱਲ ਹੁਣ ਪਾਉਣਾ ਤੇਲ ਸਾਰਾ ਗੱਡੀ ਆ ਗਈ ਨਾਲੇ ਲੈ ਕੇ ਜਾਊਗੀ ਕੋਈ ਨੀ ਜਲਦੀ ਪਹੁੰਚ ਜਾਗੇ ਬਾਬੇ ਘਰ ਜਾਣਾ ਆਹੋ ਉੱਤੇ ਵਾਲਾ ਬਾਬਾ ਤੈਨੂੰ ਲੈ ਜੇ ਇੱਥੇ ਵਾਲਾ ਮੈਨੂੰ ਲੈ ਜੇ ਠੀਕ ਹੈ ਨਾ ਮੇਰੇ ਵੀਰੋ ਬੱਸ ਹੋ ਗਈ ਉਹਨਾਂ ਬੰਦੇ ਤੁਰਨ ਨੀ ਡੇ ਜਿੰਨਾ ਸਾਹ ਲੈਣ ਡੇ ਆ ਹੁਣ ਮੈਨੂੰ ਸਭ ਹੀ ਪੁੱਛਣਾ ਵੀ ਤੇਰੇ ਪੈਰ ਪੀੜਾ ਹੋਣ ਡਿਆ ਕਹਿੰਦਾ ਮੇਰੇ ਬੜੇ ਹੋਣ ਡਿਆ ਮੈਂ ਬੰਦਾ ਨਹੀਂ ਆ ਮੇਰੇ ਪੈਰ ਨਹੀਂ ਪੀੜ ਹੁੰਦੇ ਜੋ ਤਾਂ ਤੇਰੇ ਪੈਰ ਪੀੜ ਹੋਣ ਡਿਆ ਕਹਿ ਮੈਂ ਬੰਦਾ ਉਹ ਪਿੱਛੇ ਕਰ ਲਾ ਪੈਰ ਰਹਿਣੇ ਨਹੀਂ ਉਹ ਵੇਖ ਉਹ ਵੇਖ ਬੱਸਾਂ ਵਾਲੇ ਦੇ ਹਾਲ ਵੇਖ ਲਓ ਤੁਸੀਂ ਮੁੜ ਕੇ ਪੈਰ ਹੀ ਨੀ ਰਹਿਣੇ ਤੇ ਦਰਦ ਕਿੱਥੇ ਹੋਣੇ ਇਹ ਭੋਲਾ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਯਾਤਰਾ ਵਧੀਆ ਵਧੀਆ ਮੂੰਹ ਦੱਸਣ ਡਿਆ ਤੁਹਾਡਾ ਕਿੰਨਾ ਕੁ ਲੱਗਣ ਡਿਆ ਸਾਬੀ ਜੀ ਤੁਹਾਡਾ ਕੀ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਪਰ ਜਿਹੜੇ ਤੁਸੀਂ ਉਹ ਢਾਬੇ ਦੇ ਬੰਦੇ ਭਜਾਏ ਨਾ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਮੇਰਾ ਤਾਂ ਬਹੁਤ ਵਧੀਆ ਜਿੱਦਾਂ ਆਪਾਂ ਉੱਥੇ ਬੈਠੇ ਪਿਛਲੇ ਢਾਬੇ ਤੇ ਸਾਬੀ ਆਉਂਦਾ ਸੀ ਆ ਤੇ ਉਹ ਥੱਕੇ ਆ ਇਹ ਜੋਤ ਤੇ ਭੋਲਾ ਤੇ ਹੁਣ ਮੈਂ ਕੀ ਕਹਾਂ ਕੌਣ ਕੌਣ ਥੱਕੇ ਆ
ਤੈਨੂੰ ਤਾਂ ਹੈ ਨੀ ਕੁਛ। ਚੱਲ ਉੱਠ ਫਿਰ ਉੱਠ ਜੋਤ ਉੱਠ ਬਸ ਉੱਠ ਉੱਠ ਹੁਣ ਦੱਸਾਂ ਮੈਂ ਸੱਤ ਵੀ ਕੌਣ ਸਕਿਆ ਵਾ ਲੱਤਾਂ ਦਾ ਹਿਸਾਬ ਲਾ ਲਾ ਤੂੰ ਤੋਰ ਤੋਂ ਹਿਸਾਬ ਲਾ ਲਾ ਬਹੁਤਾ ਹੀ ਔਖਾ ਜੇ ਨਾ ਫਲਾਏ ਐਮੀਰੇਟਸ ਪਹੁੰਚ ਗਏ ਨੇ ਸ਼ੀਤਾ ਸਾਹਿਬ ਸ਼ੀਤਾ ਸਾਹਿਬ ਪਹੁੰਚ ਗਏ ਨੇ ਆਪਾਂ ਹੈਂ ਕਰੋ ਦਰਸ਼ਨ ਬਾਬਾ ਜੀ ਦੇ ਸੰਗਤਾਂ ਦੇ ਬਾਬਾ ਦੀਪ ਸਿੰਘ ਜੀ ਵੇਖ ਲਓ ਜੀ ਮੱਥਾ ਟੇਕ ਲਿਆ ਵਾ ਤੇ ਹੁਣ ਸਾਡੀ ਵਾਪਸੀ ਹੋ ਰਹੀ ਹੈ ਪੂਰੀ ਐਕਟਿਵ ਹੈ ਹੁਣ ਸਵੇਰੇ ਤੁਰਿਆ ਨਹੀਂ ਜਾਣਾ ਤਾਂ ਹੁਣ ਪੂਰਾ ਐਕਟਿਵ ਆਹ ਮੁੰਡਾ ਤਾਂ ਸਭ ਤੋਂ ਐਕਟਿਵ ਹੈ ਮੈਂ ਤੇ ਭੋਲਾ ਇਹ ਜੋਤ ਨੇ ਟੈਂਪੂ ਪਾਇਆ ਵਾ ਤੁਹਾਡੀ ਵਾਪਸੀ ਹੋ ਰਹੀ ਹੈ ਕਿੱਥੇ ਦੀ ਤੁਹਾਡੀ ਵਾਪਸੀ ਭਰਾ ਬਟਾਲਾ ਉਹ ਭਰਾ ਘਰੇ ਘਰ ਕਿੱਥੇ ਤੁਹਾਡਾ ਬੋਡੀ ਨੀ ਹੈਗੀ ਬਸ ਗੱਲਾਂ ਗਾਟ ਹੀ ਆ ਚਲੋ ਚੱਲੀਏ ਹੁਣ ਮਜੇ ਚੱਲੀਏ ਉਹ ਡਾਕੂ ਫਾਈਨਲੀ ਬਟਾਲੇ ਪਹੁੰਚ ਗਏ ਆ ਪਰ ਪੈਰ ਨਾ ਜ਼ਮੀਨ ਤੇ ਲੱਗਣ ਜੋਗੇ ਨੀ ਹੈਗੇ ਪੈਰ ਵੇਖੋ ਇਹਦੇ ਵੇਖਣ ਨੂੰ ਤੇ ਬਹੁਤ ਸੋਹਣੇ ਲੱਗ ਰਹੇ ਨੇ ਸੋਹਣੇ ਕਿਹਦੇ ਹੈਗੇ ਆ ਕੁੜੀ ਖੋਰ ਜਿਹੀ ਆ ਸਾਬੀ ਆਇਆ ਟਾਈਮ ਲੱਗਣਾ ਜੇ ਮੈਂ ਹੁਣ ਦਾ ਫੋਨ ਕਰਦੇ ਨੇ ਹੋਰ ਕਿਵੇਂ ਦਾ ਲੱਗਾ ਈ ਓ ਬੜਾ ਮਾੜਾ ਹਾਲ ਸਾਬੀ ਦਾ ਵੇ ਸਾਬੀ ਬੜਾ ਔਖਾ ਈ ਵੇ ਚਲੋ ਮਿੱਤਰੋ ਆਪਾਂ ਆ ਗਏ ਜੇ ਘਰ ਤੇ ਹੁਣ ਅਸੀਂ ਕਰਨੀ ਜੇ ਰੈਸਟ ਚਲੋ ਠੀਕ ਆ ਮਿੱਤਰੋ ਹੁਣ ਅਸੀਂ ਘਰ ਚੱਲਿਆ ਘਰ ਜਾ ਕੇ ਕਰਨੀ ਰੈਸਟ ਕਿਉਂਕਿ ਆਪਣਾ ਕੰਮ ਬੜਾ ਖਰਾਬ ਹੋਇਆ ਵਾ ਲੱਤਾਂ ਪੀੜ ਹੋ ਗਈਆਂ ਸੌ ਕੇ ਬਾਕੀ ਚਲੋ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਕਰ ਦਿਆ ਕਰੋ ਮੇਰੇ ਵੀਰ ਚੰਗਾ ਕਹਿ ਯਾਰ ਇਹਦੀ ਮੰਨ ਲਓ ਯਾਰ ਤੁਸੀਂ ਸਬਸਕ੍ਰਾਈਬ ਕਰ ਦਿਓ ਮੇਰੇ ਵੀਰ ਕੀ ਕਰ ਦੋ ਡਿਸਕ੍ਰਾਈਬ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ